ਡਾਕਖਾਨੇ 'ਚ ਉਮੜਿਆ ਔਰਤਾਂ ਦਾ ਸੈਲਾਬ, ਤੜਕ ਸਾਰੇ ਡਾਕਖਾਨੇ 'ਚ ਜੁਟੀਆਂ ਸੈਂਕੜੇ ਔਰਤਾਂ, ਦੰਗ ਰਹਿ ਗਏ ਡਾਕਖਾਨੇ ਦੇ ਕਰਮਚਾਰੀ। ਕਾਰਨ ਸੁਣ ਤੁਸੀਂ ਵੀ ਰਹਿ ਜਾਓਗੇ ਦੰਗ। ਸਤਿ ਸ਼੍ਰੀ ਅਕਾਲ, ਲਿਵਿੰਗ ਇੰਡੀਆ ਨਿਊਜ਼ 'ਤੇ ਤੁਹਾਡਾ ਸਵਾਗਤ ਹੈ, ਮੈਂ ਤੁਹਾਡੇ ਨਾਲ ਸੁਪ੍ਰਿਯਾ। ਜਿੱਥੇ ਲੋਕ ਸਭਾ ਚੋਣਾਂ ਵਿਚਾਲੇ ਹਰ ਸਿਆਸੀ ਪਾਰਟੀਆਂ ਵੱਲੋਂ ਵੱਖ ਵੱਖ ਵਾਅਦੇ ਕੀਤੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਬੈਂਗਲੋਰ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਜ਼ਾਰਾਂ ਔਰਤਾਂ 8,000 ਰੁਪਏ ਮਿਲਣ ਦੀ ਆਸ ਦੇ ਵਿੱਚ ਡਾਕਖਾਨੇ ਵਿੱਚ ਪੁੱਜ ਗਈਆਂ। ਦਰਅਸਲ ਬੈਂਗਲੋਰ ਵਿੱਚ ਇੱਕ ਅਫਵਾਹ ਉੱਡੀ ਸੀ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਦੇ ਪੋਸਟ ਆਫਿਸ ਖਾਤਿਆਂ ਦੇ ਵਿੱਚ 8,000 ਰੁਪਏ ਟ੍ਰਾਂਸਫਰ ਕੀਤੇ ਜਾਣਗੇ। ਫਿਰ ਕੀ ਸੀ, ਹਜ਼ਾਰਾਂ ਔਰਤਾਂ ਸਵੇਰੇ ਹੀ ਬੈਂਗਲੋਰ ਜਰਨਲ ਪੋਸਟ ਆਫਿਸ ਪਹੁੰਚ ਗਈਆਂ। ਖਾਤਾ ਖੁੱਲ੍ਹਣ ਦੇ ਲਈ ਉਹ ਲਾਈਨਾਂ ਦੇ ਵਿੱਚ ਲੱਗ ਗਈਆਂ, ਹਾਲਾਂਕਿ ਇਸਦਾ ਰਾਹੁਲ ਗਾਂਧੀ ਦੇ 8,500 ਰੁਪਏ ਦੇ ਵਾਅਦੇ ਨਾਲ ਕੋਈ ਸੰਬੰਧ ਨਹੀਂ ਹੈ। ਡਾਕਖਾਨੇ ਵਿੱਚ ਖਾਤੇ ਖੋਲ੍ਹਣ ਵਾਲੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਘਰ ਦੇ ਕਰਮਚਾਰੀ ਵੀ ਦੰਗ ਰਹਿ ਗਏ। ਇੱਥੋਂ ਤੱਕ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇੰਨੀਆਂ ਔਰਤਾਂ ਅਚਾਨਕ ਖਾਤੇ ਖੁਲਵਾਉਣ ਲਈ ਕਿਉਂ ਇਕੱਠੀਆਂ ਹੋ ਗਈਆਂ ਨੇ। ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਡਾਕਖਾਨੇ ਦੇ ਅਧਿਕਾਰੀਆਂ ਨੂੰ ਔਰਤਾਂ ਦੇ ਖਾਤੇ ਖੋਲ੍ਹਣ ਲਈ ਵਾਧੂ ਸਟਾਫ ਤੈਨਾਤ ਕਰਨਾ ਪਿਆ। ਔਰਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਸਵੇਰੇ 3 ਵਜੇ ਤੋਂ ਹੀ ਖਾਤਾ ਖੋਲ੍ਹਣ ਲਈ ਲਾਈਨ 'ਚ ਖੜੀਆਂ ਹੋਣ ਲੱਗ ਗਈਆਂ। ਪਹਿਲਾਂ ਇਸ ਡਾਕਘਰ ਵਿੱਚ ਰੋਜ਼ਾਨਾ 100 ਤੋਂ 200 ਖਾਤੇ ਖੋਲ੍ਹੇ ਜਾਂਦੇ ਸਨ, ਪਰ ਹੁਣ ਰੋਜ਼ਾਨਾ 700 ਤੋਂ 800 ਖਾਤੇ ਖੋਲ੍ਹੇ ਜਾ ਰਹੇ ਨੇ। ਮੀਡੀਆ ਰਿਪੋਰਟਾਂ ਮੁਤਾਬਕ ਔਰਤਾਂ 'ਚ ਚਰਚਾ ਸੀ ਕਿ ਡਾਕ ਵਿਭਾਗ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਤਹਿਤ ਖੋਲ੍ਹੇ ਗਏ ਹਰ ਖਾਤੇ 'ਚ ਪੈਸੇ ਜਮ੍ਹਾਂ ਕਰਵਾਏ ਜਾ ਰਹੇ ਨੇ। ਔਰਤਾਂ ਨੂੰ ਇਸ ਅਫਵਾਹ ਬਾਰੇ ਵਟਸਐਪ ਗਰੁੱਪ ਤੋਂ ਪਤਾ ਲੱਗਿਆ ਸੀ। ਇਹ ਅਫਵਾਹ ਪਿਛਲੇ ਕੁਝ ਦਿਨਾਂ ਤੋਂ ਵਟਸਐਪ ਗਰੁੱਪਾਂ ਵਿੱਚ ਫੈਲ ਰਹੀ ਸੀ। ਇਹਨਾਂ ਦੇ ਜ਼ਰੀਏ ਹੀ ਔਰਤਾਂ ਨੂੰ ਖਬਰ ਮਿਲੀ ਸੀ ਕਿ ਸੋਮਵਾਰ ਨੂੰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੈਂਕੜੇ ਔਰਤਾਂ ਆਪਣੇ ਖਾਤੇ ਖੋਲ੍ਹਣ ਲਈ ਜਨਰਲ ਪੋਸਟ ਆਫਿਸ ਪਹੁੰਚੀਆਂ। ਡਾਕਖਾਨੇ 'ਚ ਉਮੜਿਆ ਔਰਤਾਂ ਦਾ ਸੈਲਾਬ, ਤੜਕ ਸਾਰੇ ਡਾਕਖਾਨੇ 'ਚ ਜੁਟੀਆਂ ਸੈਂਕੜੇ ਔਰਤਾਂ, ਦੰਗ ਰਹਿ ਗਏ ਡਾਕਖਾਨੇ ਦੇ ਕਰਮਚਾਰੀ। ਕਾਰਨ ਸੁਣ ਤੁਸੀਂ ਵੀ ਰਹਿ ਜਾਓਗੇ ਦੰਗ। ਸਤਿ ਸ਼੍ਰੀ ਅਕਾਲ, ਲਿਵਿੰਗ ਇੰਡੀਆ ਨਿਊਜ਼ 'ਤੇ ਤੁਹਾਡਾ ਸਵਾਗਤ ਹੈ, ਮੈਂ ਤੁਹਾਡੇ ਨਾਲ ਸੁਪ੍ਰਿਯਾ। ਜਿੱਥੇ ਲੋਕ ਸਭਾ ਚੋਣਾਂ ਵਿਚਾਲੇ ਹਰ ਸਿਆਸੀ ਪਾਰਟੀਆਂ ਵੱਲੋਂ ਵੱਖ ਵੱਖ ਵਾਅਦੇ ਕੀਤੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਬੈਂਗਲੋਰ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਜ਼ਾਰਾਂ ਔਰਤਾਂ 8,000 ਰੁਪਏ ਮਿਲਣ ਦੀ ਆਸ ਦੇ ਵਿੱਚ ਡਾਕਖਾਨੇ ਵਿੱਚ ਪੁੱਜ ਗਈਆਂ। ਦਰਅਸਲ ਬੈਂਗਲੋਰ ਵਿੱਚ ਇੱਕ ਅਫਵਾਹ ਉੱਡੀ ਸੀ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਦੇ ਪੋਸਟ ਆਫਿਸ ਖਾਤਿਆਂ ਦੇ ਵਿੱਚ 8,000 ਰੁਪਏ ਟ੍ਰਾਂਸਫਰ ਕੀਤੇ ਜਾਣਗੇ। ਫਿਰ ਕੀ ਸੀ, ਹਜ਼ਾਰਾਂ ਔਰਤਾਂ ਸਵੇਰੇ ਹੀ ਬੈਂਗਲੋਰ ਜਰਨਲ ਪੋਸਟ ਆਫਿਸ ਪਹੁੰਚ ਗਈਆਂ। ਖਾਤਾ ਖੁੱਲ੍ਹਣ ਦੇ ਲਈ ਉਹ ਲਾਈਨਾਂ ਦੇ ਵਿੱਚ ਲੱਗ ਗਈਆਂ, ਹਾਲਾਂਕਿ ਇਸਦਾ ਰਾਹੁਲ ਗਾਂਧੀ ਦੇ 8,500 ਰੁਪਏ ਦੇ ਵਾਅਦੇ ਨਾਲ ਕੋਈ ਸੰਬੰਧ ਨਹੀਂ ਹੈ। ਡਾਕਖਾਨੇ ਵਿੱਚ ਖਾਤੇ ਖੋਲ੍ਹਣ ਵਾਲੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਘਰ ਦੇ ਕਰਮਚਾਰੀ ਵੀ ਦੰਗ ਰਹਿ ਗਏ। ਇੱਥੋਂ ਤੱਕ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇੰਨੀਆਂ ਔਰਤਾਂ ਅਚਾਨਕ ਖਾਤੇ ਖੁਲਵਾਉਣ ਲਈ ਕਿਉਂ ਇਕੱਠੀਆਂ ਹੋ ਗਈਆਂ ਨੇ। ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਡਾਕਖਾਨੇ ਦੇ ਅਧਿਕਾਰੀਆਂ ਨੂੰ ਔਰਤਾਂ ਦੇ ਖਾਤੇ ਖੋਲ੍ਹਣ ਲਈ ਵਾਧੂ ਸਟਾਫ ਤੈਨਾਤ ਕਰਨਾ ਪਿਆ। ਔਰਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਸਵੇਰੇ 3 ਵਜੇ ਤੋਂ ਹੀ ਖਾਤਾ ਖੋਲ੍ਹਣ ਲਈ ਲਾਈਨ 'ਚ ਖੜੀਆਂ ਹੋਣ ਲੱਗ ਗਈਆਂ। ਪਹਿਲਾਂ ਇਸ ਡਾਕਘਰ ਵਿੱਚ ਰੋਜ਼ਾਨਾ 100 ਤੋਂ 200 ਖਾਤੇ ਖੋਲ੍ਹੇ ਜਾਂਦੇ ਸਨ, ਪਰ ਹੁਣ ਰੋਜ਼ਾਨਾ 700 ਤੋਂ 800 ਖਾਤੇ ਖੋਲ੍ਹੇ ਜਾ ਰਹੇ ਨੇ। ਮੀਡੀਆ ਰਿਪੋਰਟਾਂ ਮੁਤਾਬਕ ਔਰਤਾਂ 'ਚ ਚਰਚਾ ਸੀ ਕਿ ਡਾਕ ਵਿਭਾਗ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਤਹਿਤ ਖੋਲ੍ਹੇ ਗਏ ਹਰ ਖਾਤੇ 'ਚ ਪੈਸੇ ਜਮ੍ਹਾਂ ਕਰਵਾਏ ਜਾ ਰਹੇ ਨੇ। ਔਰਤਾਂ ਨੂੰ ਇਸ ਅਫਵਾਹ ਬਾਰੇ ਵਟਸਐਪ ਗਰੁੱਪ ਤੋਂ ਪਤਾ ਲੱਗਿਆ ਸੀ। ਇਹ ਅਫਵਾਹ ਪਿਛਲੇ ਕੁਝ ਦਿਨਾਂ ਤੋਂ ਵਟਸਐਪ ਗਰੁੱਪਾਂ ਵਿੱਚ ਫੈਲ ਰਹੀ ਸੀ।
ਇਹਨਾਂ ਦੇ ਜ਼ਰੀਏ ਹੀ ਔਰਤਾਂ ਨੂੰ ਖਬਰ ਮਿਲੀ ਸੀ ਕਿ ਸੋਮਵਾਰ ਨੂੰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੈਂਕੜੇ ਔਰਤਾਂ ਆਪਣੇ ਖਾਤੇ ਖੋਲ੍ਹਣ ਲਈ ਜਨਰਲ ਪੋਸਟ ਆਫਿਸ ਪਹੁੰਚੀਆਂ।